ਕਾਲ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਅਤੇ ਅਸੀਂ ਤੁਹਾਡੇ ਵਾਸਤੇ ਅੱਜ ਇੱਕ ਹੋਰ ਵੱਡੀ ਅਪਡੇਟ ਲੈ ਕੇ ਆਏ ਹਾਂ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜਿਵੇਂ ਹੀ ਨਵਾਂ ਸਾਲ ਸੰਨ 2023 ਆਇਆ ਹੈ, ਨਵੀਆਂ ਨਵੀਆਂ ਫਿਲਮਾਂ ਦੀ ਅਨਾਊਂਸਮੈਂਟ ਹੋ ਚੁੱਕੀ ਹੈ। ਜੀ ਹਾਂ, ਇਸੇ ਲੜੀ ਵਿੱਚ ਅੱਜ ਇੱਕ ਹੋਰ ਮੂਵੀ ਦੀ ਅਨਾਊਂਸਮੈਂਟ ਕਰਤੀ ਹੈ। ਜੀ ਹਾਂ, ਜਗਦੀਪ ਸਿੱਧੂ ਜਿਨ੍ਹਾਂ ਨੇ ਪਹਿਲਾਂ ਜੋਰਾ ਮਲਕੀ ਆਪਣੀ ਅਨਾਊਂਸ ਕੀਤੀ ਹੈ ਅਤੇ ਉਹਨਾਂ ਦੀ ਇੱਕ ਹੋਰ ਮੂਵੀ ਦੀ ਅਨਾਊਂਸਮੈਂਟ ਹੋ ਗਈ ਹੈ। ਇਹਨਾਂ ਨੇ ਪਹਿਲਾਂ ਬਹੁਤ ਹੀ ਬਾਕਮਾਲ ਫਿਲਮਾਂ ਲਿਖੀਆਂ ਵੀ ਅਤੇ ਡਾਇਰੈਕਟ ਵੀ ਕੀਤੀਆਂ ਨੇ, ਜਿਵੇਂ ਕਿਸਮਤ, ਕਿਸਮਤ 2, ਸੁਪਨਾ ਅਤੇ ਹੁਣ ਰੀਸੈਂਟ ਰਿਲੀਜ਼ ਹੋਈ ਪਿਛਲੇ ਸਾਲ ਮੋ, ਜਿਹਦਾ ਆਪਾਂ ਸਭ OTT 'ਤੇ ਬਹੁਤ ਵੇਟ ਕਰ ਰਹੇ ਹਾਂ। ਅਤੇ ਇਹਨਾਂ ਦੀ ਇੱਕ ਹੋਰ ਮੂਵੀ ਦੀ ਕਨਫਰਮ ਰਿਲੀਜ਼ ਡੇਟ ਅਤੇ ਨੇਮ ਅਨਾਊਂਸ ਕਰਤਾ ਹੈ। ਜੀ ਹਾਂ, ਇਸ ਨੂੰ ਲਿਖਿਆ ਅਤੇ ਪ੍ਰੋਡਿਊਸ ਕਰਨਗੇ ਜਗਦੀਪ ਸਿੱਧੂ ਅਤੇ ਇਸ ਨੂੰ ਡਾਇਰੈਕਟ ਕਰਨਗੇ ਗੁਰਪ੍ਰੀਤ ਸਿੰਘ ਪਲੇਰੀ। ਜੀ ਹਾਂ, ਇਹ ਫਿਲਮ ਦਾ ਨਾਮ ਹੈ ਸੈੱਟ ਆ। ਜੀ ਹਾਂ, ਇਹ ਫਿਲਮ ਦਾ ਨਾਮ ਸੈੱਟ ਆ। ਇਹ ਸਾਨੂੰ ਇਹ ਸਾਰੇ ਦੇਖਣ ਨੂੰ ਮਿਲੇਗੀ। ਇਹਦੀ ਸ਼ੂਟਿੰਗ ਤਾਂ ਸ਼ੁਰੂ ਨਹੀਂ ਹੋਈ ਪਰ ਇਹਦਾ ਨਾਂ ਰਿਵੀਲ ਕਰਤਾ ਸੈੱਟ ਆ, ਜੋ ਇਸ ਸਾਲ 29 ਸਤੰਬਰ 2023 ਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ। ਅਤੇ ਇਹਦੇ ਸਟਾਰ ਕਾਸਟ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਵੇਂ ਜ਼ਿਕਰ ਕਰਨਗੇ ਅਸੀਂ ਤੁਹਾਨੂੰ ਅਪਡੇਟ ਕਰ ਦਿਆਂਗੇ। ਦੇਖ ਲਓ, ਇਸ ਮੂਵੀ ਦਾ ਨਾਮ ਹੈ ਸੈੱਟ ਆ, 29 ਸਤੰਬਰ 2023।